ਇਹ ਨਾ ਜਦੋਂ ਮੈਂ ਆਈ ਟਿਊਸ਼ਨ ਤੋਂ ਸਾਢੇ 3 ਵਜੇ ਮੈਂ ਟਿਊਸ਼ਨ 'ਤੇ ਜਾਂਦੀ ਹਾਂ ਅਤੇ ਜੇ ਮੈਂ ਆਈ 6:30 ਵਜੇ ਆਈ ਹਾਂ ਅਤੇ ਇਹ ਉਦੋਂ ਮੇਰੀ ਮੰਮਾ ਤਰ੍ਹਾਂ ਕਿ ਲੰਮੇ ਪਈ ਹੋਈ ਸੀ ਮੈਂ ਦੇਖਿਆ ਅਤੇ ਉਦੋਂ ਕਿ ਉਹ ਉੱਠੇ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਫਿਰ ਪਾਪਾ ਨੇ ਮੇਰੇ ਅੰਕਲ ਨੂੰ ਫੋਨ ਕੀਤਾ ਅੰਕਲ ਉਹਨਾਂ ਦੇ ਘਰ ਫਿਰ ਉਹ ਆਏ ਅਤੇ ਘਰ ਅਤੇ ਫਿਰ ਉਹਨਾਂ ਨੇ ਵੇਖਿਆ ਵੀ ਇੱਦਾਂ ਕਿ ਇਹ ਤਾਂ ਮਰ ਚੁੱਕੇ ਆ ਫਿਰ ਉਹਨਾਂ ਨੇ ਉਦੋਂ ਕਿ ਲੰਮੇ ਲੁੰਮੇ ਪਾ ਕੇ ਉਦੋਂ ਕੀ ਕੀਤਾ ਫਿਰ ਉਦੋਂ ਕਿ ਫਿਰ ਸਾਰੇ ਆਏ ਫਿਰ ਫੋਨ ਕਰਕੇ ਕਿ ਹੁਣ 2-3 ਦਿਨ ਤੋਂ ਆਇਓ ਠੀਕ ਹੈ ਠੀਕ ਹੈ ਆਪਣੀ ਸ਼ਹਾਦਤ ਆ ਜੋ ਵੀ ਕੀਤਾ ਇਹਨਾਂ ਜੇ ਕਰੰਟ ਲਾਇਆ ਤਾਂ ਵੀ ਇਹਨਾਂ ਆਪ ਲਾਇਆ ਹਾਂ ਪਹਿਲਾਂ ਵੀ 2-3 ਵਾਰੀ ਇਹ ਕਰੀ ਥਾਣੇ ਵੀ ਝਗੜਾ ਹੋਇਆ ਸੀ ਅਤੇ ਨਿਬੜਿਆ ਸੀ ਫਿਰ ਬਾਅਦ 'ਚ ਵੀ ਅਸ ਕਰੇ ਅਜੇ 8 ਕੁ ਦਿਨ ਹੋਏ ਉਦੋਂ ਵੀ ਮੈਂ ਆਇਆ ਉਦੋਂ ਵੀ ਕਹਿ ਕੇ ਗਿਆ ਇਹਨੂੰ ਵੀ ਤਾਂ ਇੱਦਾਂ ਕਰਿਆ ਕਰ ਸਾਨੂੰ ਨਾ 6:30 ਵਜੇ ਫੋਨ ਗਿਆ ਗੁਆਂਢੋਂ ਅਤੇ ਰਜਵਿੰਦਰ ਨੂੰ ਸੱਟਾਂ ਬੜੀਆਂ ਲੱਗ ਗਈਆਂ ਨੇ ਅਤੇ ਤੁਸੀਂ ਆਓ ਅਸੀਂ ਆਏ ਹਾਂ ਅਤੇ ਆਣ ਕੇ ਵੇਖਿਆ ਅਤੇ ਆਉਂਦਿਆਂ ਨੂੰ ਇਵੇਂ ਲੱਗਾ ਜਿੱਦਾਂ ਕਰੰਟ ਦੇ ਨਾਲ ਲਾ ਲਓ ਜਾਂ ਉੱਦਾਂ ਬਹੁਤ ਜ਼ਿਆਦਾ ਜ਼ਖਮ ਜ਼ੁਖਮ ਹੋਏ ਸੀ ਅਤੇ ਮੁੜ ਕੇ ਅਸੀਂ ਥਾਣੇ ਤਲਾਹ ਦਿੱਤੀ ਆ ਅਤੇ ਪੁਲਿਸ ਆਈ ਆ ਅਤੇ ਆਣ ਕੇ ਕਾਰਵਾਈ ਕੀਤੀ ਸ਼ਾਮੀ ਇਨਫੋਰਮੇਸ਼ਨ ਮਿਲੀ ਜਸਵੀਰ ਸਿੰਘ ਹੈਗੇ ਬੰਗਵਾਣੀ ਦੇ ਘੁੰਮਣ ਕਲਾਂ ਪਿੰਡ ਦੇ ਉਹਨਾਂ ਨੇ ਦੱਸਿਆ ਵੀ ਸਾਡੀ ਲੜਕੀ ਰਾਜਵਿੰਦਰ ਕੌਰ ਹੈ ਡੁਲਡ ਪਿੰਡ ਵਿਆਈ ਕੈਪਟਨ ਸਿੰਘ ਵੱਲ ਵੀ ਉਹਨਾਂ ਨੂੰ ਟੈਲੀਫੋਨ ਗਿਆ ਸੀ ਵੀ ਉਹਨੂੰ ਪਹਿਲਾਂ ਤਾਂ ਸੱਟਾਂ ਲੱਗੀਆਂ ਬਾਅਦ 'ਚ ਕਹਿੰਦੇ ਦੂਸਰਾ ਫੋਨ ਆਇਆ ਵੀ ਉਹ ਕਰੰਟ ਲੱਗ ਗਿਆ ਫਿਰ ਜਦੋਂ ਮੌਕੇ 'ਤੇ ਆਏ ਤਾਂ ਉਹਨੂੰ ਦੱਸਿਆ ਉਹਨਾਂ ਨੇ ਵੀ ਉਹਦੀ ਮੌਤ ਹੋ ਚੁੱਕੀ ਹੈ ਫਿਲਹਾਲ ਉਹਨਾਂ ਦੀ ਸਟੇਟਮੈਂਟ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਪੋਸਟਮਾਰਟਮ ਕਰਾ ਕੇ ਫਰਦਰ ਜਿਸ ਤਰ੍ਹਾਂ ਦੀ ਵੀ ਅਗਲੀ ਕਾਰਵਾਈ ਕੀਤੀ ਜਾਊ